ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਲੋ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਿਲਮੀ ਦੁਨੀਆ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਫਿਲਮੀ ਦੁਨੀਆ ਵਿੱਚ ਹਰ ਵਾਰੀ ਕਿਸੇ ਨਾ ਕਿਸੇ ਡਾਇਰੈਕਟਰ ਬਾਰੇ ਐਕਟਰ ਬਾਰੇ ਜਾਂ ਫਿਲਮ ਬਾਰੇ ਕੋਈ ਨਾ ਕੋਈ ਗੱਲਬਾਤ ਕਰਦੇ ਹਾਂ ਉਹਨਾਂ ਦੀ ਕਿਸੇ ਚੀਜ਼ ਉੱਤੇ ਰੋਸ਼ਨੀ ਪਾਉਂਦੇ ਹਾਂ ਅਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੜੇ ਹੀ ਸਪੈਸ਼ਲ ਡਿਵੋਰਸ ਕੇਸ ਬਾਰੇ ਇਹ ਡਿਵੋਰਸ ਕੇਸ ਹੈ ਅਨੁਰੋਧਿਆ ਸਿੰਘ ਦਾ ਅਨੁਰੋਧਿਆ ਸਿੰਘ ਐਕਟਰ ਨੂੰ ਤੁਸੀਂ ਬੜੀਆਂ ਫਿਲਮਾਂ 'ਚ ਦੇਖਿਆ ਹੋਊਗਾ ਜਿਵੇਂ ਕਿ ਜਿਸਮ 2 ਮੈਂ ਤੇਰਾ ਹੀਰੋ ਇਹਦੇ ਦੇ ਕਈ ਫਿਲਮਾਂ 'ਚ ਉਹਨਾਂ ਨੂੰ ਤੁਸੀਂ ਦੇਖਿਆ ਅਤੇ ਉਹ ਇੱਕ ਐਕਟਰ ਤਾਂ ਹੈ ਹੀ ਨੇ ਉਹਨਾਂ ਦੇ ਦਾਦਾ ਜੀ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਸੀਗੇ ਜਿਨ੍ਹਾਂ ਦਾ ਨਾਮ ਸੀ ਅਰਜੁਨ ਸਿੰਘ ਉਹਨਾਂ ਦੇ ਫਾਦਰ ਵੀ ਉੱਥੇ ਮਿਨਿਸਟਰ ਨੇ ਜਿਨ੍ਹਾਂ ਦਾ ਨਾਮ ਹੈ ਅਮਰ ਸਿੰਘ ਜੀ ਅਤੇ ਇੰਨੀ ਵੱਡੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਉਹ ਉਹਨਾਂ ਦਾ ਵਿਆਹ ਆਪਣੀ ਲੌਂਗ ਟਾਈਮ ਗਰਲਫ੍ਰੈਂਡ ਲੀ ਐਲਟਨ ਨਾਲ ਹੋਇਆ ਸੀਗਾ 3 ਦਸੰਬਰ 2016 ਨੂੰ ਜਿਹੜੀ ਕਿ ਕੈਨੇਡੀਅਨ ਲੜਕੀ ਹੈ ਅਤੇ ਉਸ ਤੋਂ ਬਾਅਦ 2019 ਵਿੱਚ ਭੋਪਾਲ ਫੈਮਿਲੀ ਕੋਰਟ ਵਿੱਚ ਉਹਨਾਂ ਦਾ ਡਿਵੋਰਸ ਹੋ ਗਿਆ ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਅਤੇ ਦੁਬਾਰਾ ਕੇਸ ਉੱਠ ਕੇ ਆਇਆ ਜਿਹੜੀ ਉਹਨਾਂ ਦੀ ਐਕਸ ਵਾਈਫ ਹੈ ਲੀ ਐਲਟਨ ਜੀ ਉਹਨਾਂ ਨੇ ਉਸ ਕੇਸ ਦੇ ਅਗੇਂਸਟ ਡਿਵੋਰਸ ਕੇਸ ਦੇ ਅਗੇਂਸਟ ਜਿਹੜਾ ਕਿ ਡਿਵੋਰਸ ਹੋ ਚੁੱਕਾ ਸੀ ਸਭ ਕੁਝ ਫਾਈਨਲ ਹੋ ਚੁੱਕਾ ਸੀਗਾ ਉਹਦੇ ਅਗੇਂਸਟ ਫਿਰ ਤੋਂ ਕੇਸ ਕੀਤਾ ਹੈ ਉਸ ਡਿਵੋਰਸ ਨੂੰ ਖਾਰਿਜ ਕਰਨ ਲਈ ਯਾਨੀ ਕਿ ਉਹ ਡਿਵੋਰਸ ਜਿਹੜਾ ਹੋ ਚੁੱਕਾ ਉਹਨਾਂ ਦਾ 2019 ਵਿੱਚ ਉਹਨੂੰ ਕੈਂਸਲ ਕਰ ਦਿੱਤਾ ਜਾਵੇ ਅਤੇ ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਇਸ ਕੇਸ ਵਿੱਚ ਇਹ ਹੈ ਕਿ ਇਹਨਾਂ ਦੇ ਡਿਵੋਰਸ ਹੋਣ ਦਾ ਸਭ ਤੋਂ ਵੱਡਾ ਕਾਰਨ ਸੀ ਕੁੱਤਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇੱਕ ਕੁੱਤੇ ਦੀ ਲੜਾਈ ਕਰਕੇ ਇਹਨਾਂ ਦਾ ਡਿਵੋਰਸ ਹੋ ਗਿਆ ਸੀ ਯਾਨੀ ਕਿ ਅਨੁਰੋਧਿਆ ਸਿੰਘ ਜੀ ਦਾ ਆਪਣਾ ਕੁੱਤਾ ਸੀਗਾ ਅਤੇ ਉਹਨਾਂ ਦੀ ਜਿਹੜੀ ਵਾਈਫ ਉਹਨਾਂ ਦਾ ਆਪਣਾ ਕੁੱਤਾ ਸੀ ਉਹਨਾਂ ਦੋਵੇਂ ਕੁੱਤੇ ਆਪਸ 'ਚ ਲੜ ਪਏ ਕੁੱਤੇ ਲੜਾਈ ਕਰਕੇ ਉਹਨਾਂ ਦੀ ਆਪਣੀ ਕੁੱਤੇ ਖਾਣੀ ਸ਼ੁਰੂ ਹੋ ਗਈ ਕੁੱਤੇ ਖਾਣੀ ਮਤਲਬ ਉਹਨਾਂ ਦੀ ਆਪਸ 'ਚ ਲੜਾਈ ਸ਼ੁਰੂ ਹੋ ਗਈ ਉਹ ਗੱਲ ਵਧਦੀ ਵਧਦੀ ਡਿਵੋਰਸ 'ਤੇ ਪਹੁੰਚ ਗਈ ਅਤੇ ਉਦੋਂ 2019 ਵਿੱਚ ਉਹਨਾਂ ਦਾ ਡਿਵੋਰਸ ਹੋ ਗਿਆ ਸੀਗਾ ਅਤੇ ਹੁਣ ਦੁਬਾਰਾ ਕੇਸ ਰੀਓਪਨ ਹੋਇਆ ਮੱਧ ਪ੍ਰਦੇਸ਼ ਦੀ ਹਾਈ ਕੋਰਟ ਵਿੱਚ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਲਾਈਕ ਜ਼ਰੂਰ ਕਰੀਓ ਅੱਗੇ ਸ਼ੇਅਰ ਵੀ ਕਰੀਓ ਤਾਂ ਕਿ ਜਿਨ੍ਹਾਂ ਨੂੰ ਇਸ ਇਨਫੋਰਮੇਸ਼ਨ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਅਤੇ ਇਸ ਪ੍ਰੋਗਰਾਮ ਬਾਰੇ ਆਪਣੇ ਵਿਊਜ਼ ਦੇਣ ਲਈ ਥੱਲੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰੀਓ ਸਾਡੇ ਚੈਨਲ ਗੋ ਟੂ ਪੰਜਾਬ ਨੂੰ ਸਬਸਕ੍ਰਾਈਬ ਕਰੀਓ ਅਤੇ ਮੈਂ ਤੁਹਾਡਾ ਆਪਣਾ ਦਿਲਪ੍ਰੀਤ ਸਿੰਘ ਫਿਲਮੀ ਦੁਨੀਆ ਤੋਂ ਸਟੇ ਟਿਊਨਡ।